ਪੰਜਾਬੀ ਸੰਗੀਤ ਦੁਨੀਆ ਵਿੱਚ ਪੰਜਾਬੀ ਲੋਕ ਗੀਤਾਂ ਨੂੰ ਬੜੇ ਹੀ ਮਾਣ ਨਾਲ ਸੁਣਿਆ ਜਾਂਦਾ ਹੈ, ਪਰ ਅੱਜ ਪੰਜਾਬੀ ਸੰਗੀਤ ਦੁਨੀਆ ਨੂੰ ਇੱਕ ਵੱਡਾ ਝਟਕਾ ਉਦੋਂ ਲੱਗਿਆ ਜਦੋਂ ਲਾਚੀ ਬਾਵਾ ਦੇ ਦਿਹਾਂਤ ਦੀ ਖਬਰ ਸੁਣਨ ਨੂੰ ਮਿਲੀ। ਜੀ ਹਾਂ, ਲਾਚੀ ਬਾਵਾ ਲੰਬੀ ਹੇਕ ਵਾਲੀ ਗਾਇਕਾ ਗੁਰਮੀਤ ਬਾਵਾ ਦੀ ਬੇਟੀ ਸੀ। ਪੰਜਾਬ ਦੀ ਦਿੱਗਜ ਗਾਇਕਾ ਲਾਚੀ ਬਾਵਾ ਪਿਛਲੇ ਕੁਝ ਸਮੇਂ ਤੋਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਜੂਝ ਰਹੇ ਸੀ ਤੇ ਉਹਨਾਂ ਦਾ ਇਲਾਜ ਲੁਧਿਆਣੇ ਦੇ ਇੱਕ ਹਸਪਤਾਲ ਵਿੱਚ ਚੱਲ ਰਿਹਾ ਸੀ। ਮਾਂ ਗੁਰਮੀਤ ਬਾਵਾ ਤੇ ਭੈਣ ਗਲੋਰੀ ਬਾਵਾ ਦੇ ਨਾਲ ਮਿਲ ਕੇ ਲਾਚੀ ਬਾਵਾ ਵੱਲੋਂ ਹੁਣ ਤੱਕ ਕਈ ਗੀਤ ਗਾਏ ਗਏ ਹਨ, ਜਿਨ੍ਹਾਂ ਵਿੱਚ ਨਾਮ ਆਉਂਦਾ ਹੈ ਲੋਏ ਲੋਏ, ਬੋਲ ਮਿੱਟੀ ਦੇ ਬਾਵਿਆ, ਜੋ ਆਏ ਦਰ ਤੇਰੇ, ਜੁਗਨੀ ਅਤੇ ਕਈ ਹੋਰ। ਤੇ ਇਸ ਤੋਂ ਇਲਾਵਾ ਹੁਣ ਤੱਕ ਲਾਚੀ ਬਾਵਾ ਨੂੰ ਕਈ ਵੱਡੇ ਸਨਮਾਨਾਂ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਲਾਚੀ ਬਾਵਾ ਦੀ ਕਮੀ ਨੂੰ ਅਸੀਂ ਕਦੇ ਵੀ ਭੁੱਲ ਨਹੀਂ ਸਕਾਂਗੇ ਤੇ ਨਾ ਹੀ ਉਹਨਾਂ ਦੀ ਥਾਂ ਨੂੰ ਸਾਡੀ ਇੰਡਸਟਰੀ ਵਿੱਚ ਕੋਈ ਹੋਰ ਲੈ ਸਕੇਗਾ। ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।